ਆਪਾਂ ਕੱਲ ਕਰ ਰਹੇ ਸੀ ਪ੍ਰਾਰਥਨਾ ਚੈਪਟਰ, ਠੀਕ ਹੈ? ਰੀਡ ਪੂਰਾ ਹੋ ਚੁੱਕਾ ਸੀ, ਬਲਵੀਰ ਸਿੰਘ ਦਾ ਲਿਖਿਆ ਹੋਇਆ ਹੈ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਚੈਪਟਰ ਵਿੱਚ ਕਿਹਾ ਕੀ ਗਿਆ। ਆਪਾਂ 2 ਦਿਨ ਲਗਾ ਕੇ ਚੈਪਟਰ ਖਤਮ ਕੀਤਾ, ਕੌਣ ਦੱਸੇਗਾ ਪ੍ਰਾਰਥਨਾ ਚੈਪਟਰ ਦਾ ਸਾਰ? 5-6 ਲਾਈਨਾਂ ਵਿੱਚ ਦੱਸ ਦੋ, ਜ਼ਿਆਦਾ ਆਉਂਦਾ ਹੈ ਜ਼ਿਆਦਾ ਦੱਸ ਦੋ। ਹਰੀ ਆਪ ਪ੍ਰਾਰਥਨਾ ਚੈਪਟਰ ਵਿੱਚ ਕਿਹਾ ਕੀ ਗਿਆ ਹੈ, ਕਿਸ ਬਾਰੇ ਗੱਲ ਕੀਤੀ ਗਈ ਹੈ? ਐਨੀਵਨ? ਅੰਮ੍ਰਿਤਪਾਲ, ਨਿਸ਼ਠਾ, ਜਸਲੀਨ, ਹਿਮਾਨੀ, ਅਰਸ਼ੇ ਸਾਨੀ, ਮੇਹੁਲ? ਨੋ ਵਨ? ਕੋਈ ਨਹੀਂ ਦੱਸਣਾ ਚਾਹੇਗਾ? ਕਿਸੇ ਨੂੰ ਨਹੀਂ ਪਤਾ ਆਪਾਂ ਕੱਲ ਕੀ ਕੀਤਾ ਸੀ? 10 ਸੀ। ਅੰਮ੍ਰਿਤਪਾਲ, ਅਨਮਿਊਟ ਯੋਰਸੈਲਫ। ਅੰਮ੍ਰਿਤਪਾਲ? ਯੈਸ ਮੈਮ। ਹਾਂਜੀ, ਪ੍ਰਾਰਥਨਾ ਚੈਪਟਰ ਵਿੱਚ ਆਪਾਂ ਕੀਤਾ ਕੀ ਸੀ? ਕੁਛ ਮੈਮ, ਪਹਿਲੇ ਤੋਂ ਮੈਂ ਕਿਹਾ ਦਿੱਤੇ ਹਾਂ ਦਿੱਤੇ ਹਾਂ ਪ੍ਰਾਰਥਨਾ ਹਾਂਜੀ ਮੈਂ ਸਾਰ ਪੁੱਛ ਰਹੀ ਹਾਂ ਬੇਟਾ, ਪ੍ਰਾਰਥਨਾ ਚੈਪਟਰ ਦਾ ਸਾਰ। ਆਪਾਂ 2 ਦਿਨ ਹੋ ਗਏ ਇਹਨੂੰ ਰੀਡ ਕਰ ਰਹੇ ਹਾਂ, ਹਰ ਇੱਕ ਪੈਰਾ ਸਮਝਾਇਆ ਜਾ ਰਿਹਾ ਹੈ। ਕੀਤਾ ਕੀ ਸੀ, ਕਿਹਾ ਕੀ ਸੀ ਇਹਦੇ ਵਿੱਚ ਰਾਈਟਰ ਨੇ? ਮੈਨੂੰ ਪਤਾ ਲੱਗਾ ਕਿ ਅਰਦਾਸ ਹੋਣੀ ਤਾਂ ਨਹੀਂ ਚਾਹੀਏ, ਅਰਦਾਸ ਦੀ ਜਿਹੜੀ ਆਪਣੀ ਜਾਤੀ, ਔਰ ਮੈਂ ਇੱਕ ਐਗਜ਼ਾਮਪਲ ਦੀ ਸੀ ਬੰਦੇ ਦਾ ਨਾਮ ਭੁੱਲ ਗਿਆ ਮੈਂ, ਸਰਦਾਰ ਤਾਂ ਕਿਹਾ ਥਾ। ਹੋਰ ਹੈ, ਹੋਰ ਫਿਰ ਆਪਾਂ ਇੱਕ ਸਟੋਰੀ ਪੜ੍ਹੀ ਸੀ, ਇਹਦੇ ਵਿੱਚ ਕਿਹਦੇ ਬਾਰੇ ਪੜ੍ਹਿਆ ਸੀ? ਭਗਵਾਨ ਤੇ ਮਤਲਬ ਹੁੰਦਾ ਹੈ ਕਿ ਭਗਵਾਨ ਇੱਕ ਸਭ ਸਭ ਦੁੱਖ ਤੋਂ ਮਾਫ ਕਰ ਦਿੰਦਾ ਪਾਪਾ ਕੋ, ਮਤਲਬ ਵਟ ਟਾਈਮ ਤਾਂ ਨਹੀਂ ਮਿਲਦਾ। ਥੋੜੀ ਨਾ ਸਾਊਂਡ ਕਲੀਅਰ ਨਹੀਂ ਆਉਂਦੀ ਹੈ ਮ੍ਰਿਤਪਾਲ ਜਦੋਂ ਵੀ ਤੁਸੀਂ ਬੋਲਦੇ ਹੋ ਨਾ, ਠੀਕ ਹੈ? ਮੇ ਬੀ ਤੁਸੀਂ ਮਾਈਕ ਬਹੁਤ ਜ਼ਿਆਦਾ ਅੱਗੇ ਰੱਖਦੇ ਹੋ, ਆਈ ਡੋਂਟ ਨੋ। ਕੋਈ ਹੋਰ ਬੱਚਾ? ਮਤਲਬ ਜਦੋਂ ਆਪਾਂ ਚੈਪਟਰ ਰੀਡ ਕਰਦੇ ਹਾਂ ਤੇ ਬਹੁਤ ਘੱਟ ਬੱਚੇ ਨੇ ਜਿਹੜੇ ਸੁਣਦੇ ਨੇ, ਘੱਟ ਕੀ ਆਈ ਥਿੰਕ ਕੋਈ ਵੀ ਨਹੀਂ ਸੁਣਦਾ ਚੈਪਟਰ ਨੂੰ ਧਿਆਨ ਦੇ ਨਾਲ। 10 ਸੀ। ਜਸਲੀਨ? ਹਾਂਜੀ ਮੈਮ। ਪ੍ਰਾਰਥਨਾ ਚੈਪਟਰ ਦਾ ਸਾਰ ਮੈਮ? ਦੋ ਮਿੰਟ ਹੋ ਗਏ, ਮੈਂ ਥੋੜਾ ਥੋੜੀ ਆਵਾਜ਼ ਨਹੀਂ ਆ ਰਹੀ ਚੰਗੀ ਤਰ੍ਹਾਂ ਨਾਲ ਜਸਲੀਨ। ਓਕੇ, ਮੀਨਸ ਨਹੀਂ ਸੁਣਦੇ ਹੋ ਤੁਸੀਂ ਧਿਆਨ ਨਾਲ, ਮੈਨੂੰ ਪਤਾ ਲੱਗ ਗਿਆ ਤੁਹਾਡਾ, ਠੀਕ ਹੈ? ਚੈਪਟਰ ਇੰਨੀ ਇੰਨੀ ਵਾਰ ਰੀਡ ਕੀਤਾ ਜਾਂਦਾ ਹੈ, ਇੰਨੀ ਇੰਨੀ ਵਾਰੀ ਤੁਹਾਨੂੰ ਸਮਝਾਇਆ ਜਾਂਦਾ ਹੈ, ਹਰ ਇੱਕ ਲਾਈਨ ਹਰ ਇੱਕ ਵਰਡ ਸਮਝਾਇਆ ਜਾਂਦਾ ਹੈ, ਰਾਈਟ? ਸੋ ਪ੍ਰਾਰਥਨਾ ਚੈਪਟਰ ਵਿੱਚ ਕਿਹਾ ਕੀ ਗਿਆ, ਤੁਹਾਨੂੰ ਮੈਂ ਪਹਿਲੇ ਕਿਹਾ ਇਹਦੇ MCQs ਆਣੇ ਨੇ, ਇਹਨੂੰ ਧਿਆਨ ਨਾਲ ਪੜ੍ਹਨਾ ਸ਼ੁਰੂ ਕਰੋ ਚੈਪਟਰ ਨੂੰ ਬੇਟਾ, ਠੀਕ ਹੈ? ਪ੍ਰਾਰਥਨਾ ਚੈਪਟਰ ਬਲਬੀਰ ਸਿੰਘ ਦਾ ਲਿਖਿਆ ਹੋਇਆ ਹੈ, ਇਹਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਕਿ ਮਨੁੱਖ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਮਨੁੱਖ ਅਰਦਾਸ ਕਰਦਾ ਹੈ, ਡੇਲੀ ਨਿਤਨੇਮ ਕਰਦਾ ਹੈ, ਤਾਂ ਉਹਦੇ ਜਿੰਨੇ ਵੀ ਕਸ਼ਟ ਨੇ ਉਹ ਨਿਵਾਰੇ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਠੀਕ ਹੈ? ਫਿਰ ਉਹਨਾਂ ਨੇ ਦੱਸਿਆ ਕਿ ਸਿੱਖ ਧਰਮ ਵਿੱਚ ਜਿਹੜੀ ਅਰਦਾਸ ਹੈ ਉਹਦੀ ਖਾਸ ਅਹਿਮੀਅਤ ਹੈ, ਬਾਕੀ ਧਰਮਾਂ ਵਿੱਚ ਵੀ ਲੋਕੀ ਅਰਦਾਸ ਕਰਦੇ ਨੇ ਜਾਂ ਪੂਜਾ ਪਾਠ ਕਰਦੇ ਨੇ, ਠੀਕ ਹੈ? ਤੇ ਇੱਥੇ ਉਹਨਾਂ ਨੇ ਸਿੱਖ ਧਰਮ ਦੀ ਗੱਲ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਇੱਕ ਖੁਸ਼ੀ ਸਮੇਂ, ਗਮੀ ਜਦੋਂ ਹੋਵੇ ਜਾਂ ਕੋਈ ਕੰਮ ਆਰੰਭ ਕਰਾਉਣਾ ਹੋਵੇ, ਉਹਦੇ ਵਿੱਚ ਅਰਦਾਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ, ਠੀਕ ਹੈ? ਆਪਾਂ ਜਨਮ ਹੋਇਆ ਬੱਚੇ ਦਾ ਆਪਾਂ ਅਰਦਾਸ ਕਰਵਾਉਂਦੇ ਹਾਂ, ਕੋਈ ਇਨੋਗਰੇਸ਼ਨ ਕਰਨੀ ਹੈ, ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕੀ ਹਾਂ। ਉਸ ਤੋਂ ਬਾਅਦ ਵਿੱਚ ਇੱਕ ਉਹਨਾਂ ਨੇ ਇੱਕ ਨਾਮ ਲਿੱਤਾ ਸੀ ਸੁਕਰਾਤ ਦਾ, ਠੀਕ ਹੈ? ਯੂਨਾਨ ਦਾ ਬਹੁਤ ਵੱਡਾ ਇਹ ਵਿਦਵਾਨ ਹੋਇਆ ਸੀ, ਉਹ ਮੌਤ ਤੋਂ ਨਹੀਂ ਡਰਦਾ ਸੀ, ਜ਼ਹਿਰ ਦਾ ਪਿਆਲਾ ਵੀ ਉਹ ਸ਼ਰਬਤ ਵਾਂਗੂ ਪੀ ਜਾਂਦਾ ਸੀ, ਕਿਉਂ? ਪਰ ਉਹ ਵੀ ਜਿਹੜਾ ਸੀ ਉਹ ਵੀ ਪਰਮਾਤਮਾ ਦੀ ਅਰਦਾਸ ਦਾ ਕਾਇਲ ਸੀ, ਠੀਕ ਹੈ? ਫਿਰ ਇਹਦੇ ਵਿੱਚ ਇੱਕ ਸਟੋਰੀ ਆਈ ਸੀ ਕਿ ਕਿਸ ਤਰ੍ਹਾਂ ਨਾਲ
अरदास जी आप करते हाँ महाराजा रणजीत सिंह वाली, ठीक है। उस तो पहला दस्या सी कि अरदास की है चढ़ती कला का साधन है। जे आप अरदास चंगी तरह नाल करते हाँ, चंगे तरीके नाल करते हाँ, ठीक है, सच्चे दिलों करते हाँ, तो वो की होंगे साडे जिहड़ा दिल विच छोटापन है, साडी सोच का छोटापन है वह दूर हो जाता है, ठीक है, क्योंकि असी की करते हाँ, असी नीच तो उपर उठ जाते हाँ, तो लोगों बारे सोचते हाँ, ठीक है, सरबत के भले बारे सोचते हाँ, इसलिए अरदास की है सानू निज तो तोड़ के लोगों के नाल जोड़ती है, ठीक है। फिर उस तो बाद विच स्टोरी है महाराजा रणजीत सिंह की। महाराजा रणजीत सिंह एक बहुत वड्डे राजा सन, ठीक है, पंजाब उत्ते इन्होंने राज किया सी, तो उस टाइम ते एक सरदार सी जो कि ताड़वी सी, ताड़वी मतलब हमले करन वाला, वो हमेशा लोकां ते हमले करदा रहिंदा सी, हमेशा उन्हां नूं मारदा रहिंदा सी, कुटदा रहिंदा सी, ते बाद विच वो आकी हो गया, आकी मतलब बागी हो गया, ठीक है। ते महाराजा रणजीत सिंह ने उहदे नाल लड़ाई लड़ी ते उन्होंने जित प्राप्त की, तो उसनूं किहड़े किले विच कैद किया गया, रोहतास के किले विच, ठीक है। तो रोहतास के किले विच वो परमात्मा नूं हमेशा कोसता रहिंदा सी कि परमात्मा है ही नहीं कोई भी, उन्होंने एक डरावना भूत समझता सी, ठीक है, ते ओ हमेशा महाराजा रणजीत सिंह नूं गालां कढ़दा रहिंदा, हर टाइम इदां ही रहिंदा, कल्ला कल्ला रहिंदा। ते एक दिन वो कल्ला कल्ला ही बैठा होया सी, तो अपनी जिहड़ी कुटिया है उहदे जाले फरोलन लग पिया, फिर उसके हाथ में एक पोथी लगी, पोथी दे विच उहने काफी सारियां गुरबाणी दियां लाइनां पढ़ियां, ਉਹਨੂੰ ਹੋਰ ਡੂੰਘਾਈ ਵਿੱਚ ਜਾਂਦਾ ਗਿਆ। ਫਿਰ ਉਹਨੂੰ ਕਈ ਸ਼ਬਦਾਂ ਦੇ ਮਤਲਬ ਸਮਝ ਨਹੀਂ ਸੀ ਲੱਗਦੇ, ਉਹਨੇ ਸ਼ਬਦਾਂ ਦੇ ਮਤਲਬ ਸਮਝਣ ਲਈ ਗ੍ਰੰਥੀ ਨੂੰ ਬੁਲਾਇਆ, ਠੀਕ ਹੈ। ਫਿਰ ਉਹਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਪਰਮਾਤਮਾ ਸਾਰਿਆਂ ਨੂੰ ਖੁਸ਼ੀ ਦਿੰਦਾ ਹੈ, ਉਹਨੂੰ ਆਨੰਦ ਸੁੱਖ ਪ੍ਰਾਪਤ ਹੋਇਆ, ਠੀਕ ਹੈ, ਉਹਦੀ ਅੰਤਰ ਆਤਮਾ ਜਿਹੜੀ ਹੈ ਉਹ ਸ਼ਾਂਤ ਹੋਈ, ਤੇ ਉਹਨੂੰ ਫੀਲ ਹੋਇਆ ਕਿ ਮੈਂ ਤਾਂ ਪਰਮਾਤਮਾ ਨੂੰ ਐਵੇਂ ਬੁਰਾ ਭਲਾ ਕਹਿੰਦਾ ਸਾਂ, ਜਦਕਿ ਪਰਮਾਤਮਾ ਨੇ ਹੀ ਮੈਨੂੰ ਪਹਿਲਾਂ ਮੈਂ ਨੋਰਮਲ ਜਿਹਾ ਧਾੜਵੀ ਸਾਂ, ਫਿਰ ਉਹਨੇ ਮੈਨੂੰ ਸਰਦਾਰ ਬਣਾ ਦਿੱਤਾ, ਹਨਾ, ਹਰ ਇੱਕ ਕੰਮ ਪਿੱਛੇ ਪਰਮਾਤਮਾ ਦਾ ਹੀ ਹੱਥ ਹੈ, ਪਰਮਾਤਮਾ ਸਭ ਲਈ ਚੰਗਾ ਸੋਚਦਾ ਹੈ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨੋ ਦਿਨ ਦਿਨੋ ਦਿਨ ਪੋਥੀ ਪੜ੍ਹਦਾ ਗਿਆ, ਉਹਨੂੰ ਹਰ ਇੱਕ ਚੀਜ਼ ਦੀ ਨੌਲੇਜ ਹੁੰਦੀ ਗਈ, ਤੇ ਉਹਦਾ ਜਿਹੜਾ ਵਿਵਹਾਰ ਹੈ, ਜਿਹੜੀ ਨੇਚਰ ਹੈ, ਉਹ ਬਦਲਦੀ ਗਈ, ਠੀਕ ਹੈ, ਉਨਿਮਰ ਸੁਭਾਅ ਦਾ ਬਣ ਗਿਆ। ਤੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਦੇ ਕਿਲੇ ਦੇ ਉੱਥੇ ਆਏ, ਉਹਨਾਂ ਨੇ ਡੇਰਾ ਲਾ ਲਿਆ, ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਨੀਂਦ ਨਾ ਆਈ ਉਹਨਾਂ ਨੂੰ, ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਪਰਮਾਤਮਾ ਨੇ ਉਹਨਾਂ ਨੂੰ ਨੀਂਦ ਬਖਸ਼ੀ। ਤੇ ਸਵੇਰੇ ਉੱਠ ਕੇ ਉਹ ਇੰਨੇ ਜ਼ਿਆਦਾ ਖੁਸ਼ ਸਨ ਕਿ ਉਹ ਕਿਸੇ ਤੇ ਅਹਿਸਾਨ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਭਾਰੀ ਕੈਦੀ ਨੂੰ ਛੱਡਣਾ ਚਾਹੁੰਦਾ ਹਾਂ, ਭਾਰੀ ਕੈਦੀ ਮਤਲਬ ਜਿਹਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਨੇ। ਫਿਰ ਉਹਨਾਂ ਦਾ ਵਜ਼ੀਰ ਹੈ ਧਿਆਨ ਚੰਦ, ਉਹ ਆਉਂਦਾ ਆ, ਉਹ ਕਹਿੰਦਾ ਹੈ ਕਿ ਇੱਕ ਜਿਹੜਾ ਕੈਦੀ ਹੈ ਜੋ ਸਰਦਾਰ ਧਾੜਵੀ ਹੈ, ਉਹਦੀ ਬਿਹੇਵੀਅਰ ਵਿੱਚ ਬਹੁਤ ਜ਼ਿਆਦਾ ਚੇਂਜਿਸ ਆਏ ਨੇ। ਤੇ ਰਣਜੀਤ ਸਿੰਘ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ, ਉਹ ਕੈਦੀ ਨੂੰ ਛੱਡਣ ਦੇ ਲਈ ਮੰਨ ਜਾਂਦੇ ਨੇ। ਤੇ ਕੈਦੀ ਅੰਤ ਵਿੱਚ ਉਹਨਾਂ ਨੂੰ ਕੀ ਕਹਿੰਦੇ ਹੈ ਕਿ ਇਹ ਸਿਰਫ ਤੁਹਾਡੇ ਕਰਕੇ ਹੀ ਹੋਇਆ ਹੈ, ਜੇ ਤੁਸੀਂ ਮੈਨੂੰ ਇੱਥੇ ਕੈਦ ਨਾ ਕਰਦੇ ਤਾਂ ਮੈਨੂੰ ਏਦਾਂ ਪਰਮਾਤਮਾ ਦੀ ਅਰਦਾਸ ਕਰਨ ਦਾ, ਉਹਨਾਂ ਦਾ ਨਾਮ ਲੈਣ ਦਾ ਮੈਨੂੰ ਮੌਕਾ ਹੀ ਨਾ ਮਿਲਦਾ, ਠੀਕ ਹੈ। ਫਿਰ ਰਣਜੀਤ ਸਿੰਘ ਉਹਨਾਂ ਨੂੰ ਸਰਦਾਰ ਬਣਾਉਣਾ ਚਾਹੁੰਦੇ ਸਨ, ਆਪਣੀ ਜਿਹੜੀ ਉਹਨਾਂ ਦੀ ਫੌਜ ਸੀ, ਪਰ ਉਸਨੇ ਏਦਾਂ ਕਰਨ ਤੋਂ ਇਨਕਾਰ ਕਰ ਦਿੱਤਾ, ਠੀਕ ਹੈ, ਕਿਉਂਕਿ ਉਹ ਅਹਿਸਾਨ ਨਹੀਂ ਸੀ ਲੈਣਾ ਚਾਹੁੰਦਾ ਉਹਨਾਂ ਦਾ, ਰਾਈਟ। ਤੇ ਐਂਡ ਵਿੱਚ ਕੀ ਦੱਸਿਆ ਹੋਇਆ ਹੈ ਕਿ ਜੇ ਤੁਸੀਂ ਅਰਦਾਸ ਕਰਦੇ ਹੋ ਤਾਂ ਤੁਹਾਡੇ ਹਰ ਇੱਕ ਦੁੱਖ ਦੂਰ ਹੋ ਜਾਂਦੇ ਨੇ, ਚਾਹੇ ਕਈ ਵਾਰੀ ਸਾਨੂੰ ਦੁੱਖ ਵੀ ਆਉਂਦੇ ਨੇ, ਪਰ ਉਹ ਵੀ ਇੱਕ ਜ਼ਿੰਦਗੀ ਦਾ ਪਾਠ ਹੈ, ਸੁੱਖ ਦੁੱਖ ਆਉਂਦੇ ਜਾਂਦੇ ਰਹਿੰਦੇ ਨੇ, ਅਪ ਐਂਡ ਡਾਊਨ ਹੁੰਦੇ ਰਹਿੰਦੇ ਨੇ, ਪਰ ਇਨਸਾਨ ਨੂੰ ਕਦੀ ਵੀ ਪਰਮਾਤਮਾ ਉੱਤੇ ਭਰੋਸਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ। ਅਲਟੀਮੇਟਲੀ ਤੁਹਾਨੂੰ ਕਿਤੇ ਨਾ ਕਿਤੇ ਅਹਿਸਾਸ ਹੋ ਜਾਂਦਾ ਹੈ ਕਿ ਇਹ ਹੋਇਆ, ਚਲੋ ਚੰਗਾ ਹੀ ਹੋਇਆ, ਠੀਕ ਹੈ। ਕਈ ਵਾਰੀ ਇਸ ਤਰ੍ਹਾਂ ਦੀਆਂ ਕੁਛ ਦੇਖੋ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਵੀ ਕਦੀ ਕੁਛ ਏਦਾਂ ਦਾ ਹੋ ਗਿਆ ਹੋਏਗਾ, ਪਹਿਲਾਂ ਤੁਹਾਨੂੰ ਲੱਗਾ ਹੋਏਗਾ ਕਿ ਇਹ ਚੀਜ਼ ਮੇਰੇ ਨਾਲ ਨਹੀਂ ਹੋਣੀ ਚਾਹੀਦੀ ਸੀ, ਪਰ ਐਂਡ ਦੇ ਵਿੱਚ ਫਿਰ ਤੁਹਾਨੂੰ ਫੀਲ ਹੁੰਦਾ ਕਿ ਨਹੀਂ, ਇਹ ਚੀਜ਼ ਮੇਰੇ ਨਾਲ ਹੋਈ। ਕਈ ਵਾਰੀ ਹੁੰਦਾ ਹੈ ਇਨਸਾਨ ਜਿਹੜਾ ਹੈ ਉਹ ਕਿਤੇ ਜਾ ਨਹੀਂ ਪਾਉਂਦਾ, ਹਨਾ, ਕੋਈ ਰੁਕਾਵਟ ਆ ਜਾਂਦੀ, ਇਨਸਾਨ ਕਹਿੰਦਾ ਕਿ ਪਰਮਾਤਮਾ ਨੇ ਅੱਜ ਹੀ ਸਭ ਕੁਛ ਕਰਨਾ ਸੀ, ਮੈਂ ਕਿਤੇ ਜਾ ਹੀ ਨਹੀਂ ਸਕਿਆ। ਬਾਈ ਚਾਂਸ ਜੇ ਉੱਥੇ ਉਹ ਗਿਆ ਹੋਵੇ, ਉੱਥੇ ਕੋਈ ਮਿਸ ਹੈਪਨਿੰਗ ਹੋ ਜਾਵੇ, ਫਿਰ ਉਹ ਬੰਦਾ ਕੀ ਕਹਿੰਦਾ ਆ ਕਿ ਪਰਮਾਤਮਾ ਨੇ ਮੇਰੇ ਲਈ ਕੁਛ ਚੰਗਾ ਹੀ ਸੋਚਿਆ ਹੋਏਗਾ ਜਿਹੜਾ ਮੈਂ ਉੱਥੇ ਨਹੀਂ ਗਿਆ, ਨਹੀਂ ਤਾਂ ਮੇਰੇ ਨਾਲ ਵੀ ਉਹੀ ਕੁਛ ਹੋ ਜਾਣਾ ਸੀ, ਠੀਕ ਹੈ। ਮਤਲਬ ਐਂਡ ਤੇ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਹ ਚੀਜ਼ ਚੰਗੇ ਲਈ ਹੈ। ਹੁਣ ਮੰਨ ਲਓ ਜੇ ਕਿਸੇ ਬੱਚੇ ਦੇ ਘੱਟ ਨੰਬਰ ਆਏ PT 1 ਚ, ਤੁਸੀਂ ਕਹੋਗੇ ਕਿ ਮੈਂ ਮਿਹਨਤ ਇੰਨੀ ਕੀਤੀ ਸੀਗੀ ਘੱਟ ਨੰਬਰ ਆਏ, ਠੀਕ ਹੈ, ਪਰ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਇੱਕ
चेतावनी है कि तुहाडे पहले घट आए नंबर पीटी वन विच, पर तुसी होर ज्यादा मेहनत करनी है पीटी टू विच, तुहाडे होर वधिया नंबर आ सकते हैं। ठीक है, तो ताही कहनी हाँ जो कुछ पढ़ाया जाता है तुसी क्लास विच आराम नाल सुन लो, बस सुनना ही है, तुसी बाकी तो कुछ नहीं करना। ठीक है, एक सिर्फ सुनना ही है, जे तुसी सुन लैंदे हो ध्यान दे नाल तो तुहानू काफी चीजा की क्लैरिटी हो जाती है। राइट, सो देखो नेक्स्ट आप करनी ने क्वेश्चन आंसर्स बैक एक्सरसाइज से, आफ्टर दैट वन वर्ड क्वेश्चन आंसर्स, जो असाइनमेंट थानू ऑलरेडी मैं पा दिती हुई है, नियर अबाउट 38 क्वेश्चंस ने ओदे शायद। ठीक है, वो भी फेयर कॉपी ते तुसी अगेन 10 करने ने। राइट, बाकी तुसी अपनी बुक उत्ते ही मार्क कर लो। ठीक है, सो फर्स्ट क्वेश्चन, हुण हर एक दा हैंड रेज होना चाहिदा है बेटा। ठीक है, क्वेश्चन आंसर्स विच क्लियर है, ईजी हैं, बहुत ईजी। फर्स्ट क्वेश्चन, अरदास कदों ते क्यों कीती जांदी है, अरदास कदों ते क्यों कीती जांदी है। एक क्वेश्चन मैं दो दो बच्चों तो जरूर सुनना है, ना हो एक बच्चे ने क्वेश्चन सुना दिता दूसरे किसी ने हाथ नहीं खड़ा किया, सो जो बच्चा बोल रहा है उन्हें सुनो हमेशा। हाँ जी हिमानी, सिख धर्म विच अरदास दी एक खास अहमियत है, अरदास हर मौके ते कीती जानी चाहीदी है, जिवें जन्म वेले, मरण वेले, व्याह वेले अते जंग वेले। सानू किसी भी काम शुरू करन तो पहला अरदास इसलिए करनी चाहीदी है ताकि उस काम विच आन वाले दुख कटे जान। वेरी गुड, कोई होर, अरदास कदों ते क्यों कीती जांदी है, अरदास कदों ते क्यों कीती जांदी है। मेहुल, बोल दिता हिमानी ने आंसर बोल दिता, ठीक है। कोई होर बच्चा इहदे विच लाइन ऐड करना चाहे, नो, अरदास कदों कीती जांदी है। सी तुसी करना है कि सिख धर्म विच अरदास दी बहुत ज्यादा खास अहमियत है या बहुत ज्यादा महत्ता है। ठीक है, कीती कदों जांदी है, सुख वेले, दुख वेले, जन्म वेले, मौत वेले, ठीक है, या कोई चंगे शगना वेले, हर एक रीति रिवाज जदों हुंदा है असीं उदों अरदास करदे हाँ। ठीक है, पूजा पाठ करदे हाँ, ते कीती क्यों जांदी है, क्यों, ताकि जो असीं काम शुरू करन लगे हाँ ਉਹ ਸਿਰੇ ਚੜੇ, ਨੇਪਰੇ ਚੜੇ, ਉਹਦੇ ਵਿੱਚ ਕੋਈ ਵੀ ਰੁਕਾਵਟ ਨਾ ਆਵੇ। ਜੇ ਆਪਾਂ ਖੁਸ਼ੀ ਦਾ ਕੋਈ ਕੰਮ ਕਰ ਰਹੇ ਹਾਂ ਤੇ ਉਹ ਖੁਸ਼ੀਆਂ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਦੁੱਗਣੀਆਂ ਹੁੰਦੀਆਂ ਜਾਣ। ਇਲੈਬੋਰੇਟ ਇੱਦਾਂ ਕਰ ਸਕਦੇ ਹੋ, ਠੀਕ ਹੈ। ਜੇ ਆਪਾਂ ਮੰਨ ਲਓ ਕਿ ਕਿਸੇ ਦੇ ਅੰਤਿਮ ਸਮੇਂ ਤੇ ਕਰਦੇ ਹਾਂ ਤੇ ਆਪਾਂ ਅਰਦਾਸ ਇਸ ਲਈ ਕਰਦੇ ਹਾਂ ਕਿ ਅਗਲੀ ਜਿਹੜੀ ਇਹਦੀ ਜੂਨ ਹੈ ਉਹ ਵਧੀਆ ਹੋ ਸਕੇ, ਠੀਕ ਹੈ, ਇਹਦੇ ਸਾਰੇ ਜਿੰਨੇ ਇੰਨੇ ਪਾਪ ਕੀਤੇ ਹੋਣਗੇ ਉਹ ਕੱਟੇ ਜਾਣ, ਇਸ ਲਈ ਅਰਦਾਸ ਕੀਤੀ ਜਾਂਦੀ ਹੈ। ਰਾਈਟ, ਸੈਕਿੰਡ ਕੁਐਸਚਨ, ਪ੍ਰਸਿੱਧ ਲੇਖਕ ਆਸਕਰ ਵਾਇਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ। ਠੀਕ ਹੈ, ਇਹ ਸ਼ਾਰਟ ਕੁਐਸਚਨ ਵਿੱਚ ਵੀ ਪੁੱਛਿਆ ਗਿਆ ਹੈ ਤੁਹਾਨੂੰ, ਆਸਕਰ ਵਾਇਲਡ ਹਾਂਜੀ ਜਸਮੀਨ मैम, प्रसिद्ध लेखक ऑस्कर वाइल्ड दे अरदास बारे लिखा है कि सानू अरदास करनी चाहिए है, पर अरदास का उत्तर नहीं मिलना चाहिए क्योंकि जेकर असी जे अरदास का उत्तर मिलना शुरू हो जाए तो वो अरदास अरदास नहीं रह जाती, सगों की हर कोई बस अपना उत्तर लैने लिए ही अरदास करता है तो कोई अपने दिल तो अरदास करना नहीं चाहता। वेरी गुड, वेरी गुड, कोई और बच्चा आंसर देना चाहेगा एदा? ऑस्कर वाइल्ड दे अनुसार अरदास दे विचार बारे दसना है तुसी, इन्हें अरदास बारे कहा की है। जसलीन दा आंसर ठीक है, क्लियर है। ऑस्कर वाइल्ड जड़ा वो कहंदा है कि क्योंकि कई लोग जड़े ने वो कहंदे ने कि जिस तरह पढ़ी लिखी जनरेशन वो कहंदी है कि की अरदास करन दे नाल सानू प्रश्नां दे उत्तर मिलदे ने, ओदे जवाब दे विच ऑस्कर वाइल्ड कहंदे ने कि अरदास दा उत्तर मिलना ही नहीं चाहिए। ठीक है, जे अरदास का उत्तर मिल गया तो एक खतो किताबत, मतलब एक खत का यह सिलसिला रह जाएगा। ठीक है, कि आपां नूं कोई भी क्वेश्चन नहीं आंसर नहीं मिलिया
ਅਸੀਂ ਅਰਦਾਸ ਕੀਤੀ ਸਾਨੂੰ ਉੱਤਰ ਮਿਲ ਗਿਆ ਠੀਕ ਹੈ ਇਹ ਖਤੋ ਕਿਤਾਬਤ ਦਾ ਸਿਲਸਿਲਾ ਰਹਿ ਜਾਏਗਾ ਇਸ ਲਈ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਹਾਂ ਜੇ ਵਿਅਕਤੀ ਕੋਈ ਜ਼ਿਆਦਾ ਕਿਸੇ ਸਮੱਸਿਆ ਵਿੱਚ ਪਿਆ ਹੋਇਆ ਹੈ ਤੇ ਉਹਨੂੰ ਆਪਣੇ ਆਪ ਹੀ ਉੱਤਰ ਮਿਲੇਗਾ ਇਹ ਨਹੀਂ ਕਿ ਮਤਲਬ ਉਹਨੇ ਪਰਮਾਤਮਾ ਤੋਂ ਕੁਐਸਚਨ ਹੀ ਕਰਨਾ ਹੈ ਤੇ ਪਰਮਾਤਮਾ ਨੂੰ ਆਂਸਰ ਹੀ ਦੇਣਾ ਉਹਨੂੰ ਖੁਦ ਰਿਲਾਈਜ਼ ਹੋਏਗਾ ਉਹ ਵਾਲਾ ਆਂਸਰ ਠੀਕ ਹੈ ਸੋ ਇਸ ਲਈ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਤੇ ਜੇ ਉੱਤਰ ਆਪਾਂ ਪ੍ਰਸ਼ਨ ਉੱਤਰਾਂ ਦੇ ਸਿਲਸਿਲੇ ਵਿੱਚ ਹੀ ਰਹਿ ਗਏ ਤਾਂ ਫਿਰ ਉਹ ਦਿਲੋਂ ਅਰਦਾਸ ਕੀਤੀ ਨਹੀਂ ਹੋ ਸਕਦੀ ਅਰਦਾਸ ਜਿਹੜੀ ਹੈ ਉਹ ਦਿਲੋਂ ਕਰਨੀ ਚਾਹੀਦੀ ਹੈ ਠੀਕ ਹੈ ਇਸੇ ਲਈ ਅਰਦਾਸ ਦਾ ਕੀ ਹੈ ਆਪਣਾ ਇੱਕ ਵਿਸ਼ੇਸ਼ ਮਹੱਤਵ ਹੈ ਨੈਕਸਟ ਥਰਡ ਕੁਐਸਚਨ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਹਾਂਜੀ ਅੰਮ੍ਰਿਤਪਾਲ ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਸਾਰੀਆਂ ਰੀਤਾਂ ਰਸਮਾਂ ਦੀ ਥਾਂ ਸਿੱਖ ਅਰਦਾਸ ਕਾਫੀ ਹੈ ਸਾਰੇ ਧਾਰਮਿਕ ਸਥਾਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜਵੰਦ ਵਸਤੂ ਹੈ ਅਰਦਾਸ ਦੀ ਜ਼ਰੂਰਤ ਹਰ ਸੰਸਾਰਿਕ ਮੌਕੇ ਉੱਪਰ ਹੈ ਜਿਵੇਂ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਜੰਗ ਵੇਲੇ ਕੋਈ ਅਵਸਰ ਨਹੀਂ ਜੋ ਸਿੱਖ ਲਈ ਬਿਨਾਂ ਅਰਦਾਸ ਹੋ ਠੀਕ ਹੈ ਗੁਡ ਯੈਸ ਜਸਲੀਨ मैम सिख धर्म लिए अरदास एक बहुत ही खास अहमियत है सारिया रीता रस्मां सिख दी अरदास ही काफ़ी है सिख दी अरदास उस वेले ही सफल सिख दी अरदास विच कली निजी याचना दी मांग नहीं सगों हर किसे लई हुंदी है क्योंकि अरदास ਖਤਮ ਹੀ ਸਰਬੱਤ ਦੇ ਭਲੇ ਦੀ ਮੰਗ ਨਾਲ ਹੁੰਦੀ ਹੈ ਤੇ ਇਹ ਜੋ ਅਰਦਾਸ ਹਰ ਇੱਕ ਮੌਕੇ ਤੇ ਕੀਤੀ ਜਾਂਦੀ ਹੈ ਤੇ ਕੋਈ ਐਸਾ ਅਵਸਰ ਨਹੀਂ ਜੋ ਅਰਦਾਸ ਤੋਂ ਬਿਨਾਂ ਜਾਵੇ ਵੈਰੀ ਗੁੱਡ ਰਾਈਟ ਅੰਮ੍ਰਿਤਪਾਲ ਦਾ ਵੀ ਠੀਕ ਹੈ ਜਸਲੀਨ ਦਾ ਵੀ ਠੀਕ ਹੈ ਸੀ ਬੇਟਾ ਇਹਦੇ ਵਿੱਚ ਨਾ ਤੁਸੀਂ ਇੱਕ ਤਾਂ ਲਿਖਣਾ ਪਹਿਲੇ ਕੁਐਸਚਨ ਦਾ ਆਂਸਰ ਆ ਗਿਆ ਕਿਹੜੇ ਕਿਹੜੇ ਮੌਕੇ ਤੇ ਕੀਤੀ ਜਾਂਦੀ ਆਪਾਂ ਉਹ ਲਿਖ ਦੇਣਾ ਕਿਉਂਕਿ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਉਹਨੂੰ ਲਿਖਣਾ ਹੈ ਠੀਕ ਹੈ ਤੁਸੀਂ ਕਹਿਣਾ ਹੈ ਕਿ ਹਰ ਇੱਕ ਧਰਮ ਵਿੱਚ ਅਰਦਾਸ ਦੀ ਆਪਣੀ ਇੱਕ ਖਾਸ ਥਾਂ ਹੈ ਠੀਕ ਹੈ ਪਰ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਇੱਕ ਖਾਸ ਮਹੱਤਤਾ ਹੈ ਫਿਰ ਤੁਸੀਂ ਲਿਖ ਦੇਣਾ ਕਿ ਇਹ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਮੌਕਿਆਂ ਤੇ ਹੁੰਦੀ ਹੈ ਜਨਮ ਵੇਲੇ ਵਿਆਹ ਵੇਲੇ ਖੁਸ਼ੀ ਵੇਲੇ ਉਹ ਸਾਰੇ ਮੌਕੇ ਲਿਖ ਦੇਣੇ ਫਿਰ ਤੁਸੀਂ ਹੋਰ ਕੀ ਲਿਖਣਾ ਹੈ ਕਿ ਇਸ ਦੀ ਇੱਕ ਮਹੱਤਤਾ ਇਹ ਵੀ ਹੈ ਕਿ ਇਹ ਚੜ੍ਹਦੀ ਕਲਾ ਦਾ ਸਾਧਨ ਹੈ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਮਨੁੱਖ ਜਦੋਂ ਅਰਦਾਸ ਕਰਦਾ ਹੈ ਤਾਂ ਉਹਦੇ ਜਿਹੜੇ ਅੰਦਰਲੇ ਵਿਕਾਰ ਹੁੰਦੇ ਨੇ ਉਹ ਕੱਟੇ ਜਾਂਦੇ ਨੇ ਠੀਕ ਹੈ ਉਹਦੀ ਛੋਟੀ ਸੋਚ ਹੋ ਗਿਆ ਛੋਟਾ ਦਿਲ ਹੋ ਗਿਆ ਠੀਕ ਹੈ ਇਹ ਸਾਰੇ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੱਟੀਆਂ ਜਾਂਦੀਆਂ ਨੇ ਤੇ ਉਹਦੀ ਜਿਹੜਾ ਸੋਚ ਹੈ ਉਹ ਬਹੁਤ ਵੱਡੀ ਬਣ ਜਾਂਦੀ ਹੈ ਕਿੱਦਾਂ ਕਿਉਂਕਿ ਉਹ ਨਿੱਜ ਤੋਂ ਟੁੱਟ ਕੇ ਸਰਬੱਤ ਦੇ ਭਲੇ ਲਈ ਸੋਚਦਾ ਹੈ ਤੇ ਜਦੋਂ ਆਪਾਂ ਸਰਬੱਤ ਦੇ ਭਲੇ ਲਈ ਸੋਚਦੇ ਹਾਂ ਤੇ ਜਿਹੜੀ ਆ ਸਾਡੀ ਆਪਣੀ ਅਰਦਾਸ ਹੈ ਉਹ ਸਕਸੈਸਫੁਲ ਹੁੰਦੀ ਹੈ ਠੀਕ ਹੈ ਇਹ ਦੋ ਪੁਆਇੰਟ ਲਿਖਣੇ ਨੇ ਪਹਿਲਾ ਪਹਿਲਾ ਕੁਐਸਚਨ ਲਿਖਣਾ ਹੈ ਠੀਕ ਹੈ ਤੇ ਫਿਰ ਇਹ ਚੜ੍ਹਦੀ ਕਲਾ ਵਾਲਾ ਸਰਬੱਤ ਦੇ ਭਲੇ ਵਾਲਾ ਇਹ ਲਿਖਣਾ ਹੈ ਰਾਈਟ ਔਰ ਇਹ ਕਾਫੀ ਤੁਹਾਡਾ ਵਧੀਆ ਕੁਐਸਚਨ ਬਣੇਗਾ ਠੀਕ ਹੈ ਕੁਐਸਚਨ ਜਿਹਨੂੰ ਸਮਝ ਨਾ ਲੱਗੇ ਨਾ ਕਿਸੇ ਨੂੰ ਕੋਈ ਵੀ ਡਾਊਟ ਹੋਏ ਤਾਂ ਪੁੱਛ ਲਿਓ ਪੁੱਛਦੇ ਤੁਸੀਂ ਬਹੁਤ ਘੱਟ ਹੋ ਠੀਕ ਹੈ ਇਟ ਮੀਨਸ ਤੁਹਾਨੂੰ ਸਾਰਾ ਕੁਛ ਕਲੀਅਰ ਹੁੰਦਾ ਹੈ ਤੇ ਜੇ ਤੁਹਾਨੂੰ ਕਲੀਅਰ ਹੁੰਦਾ ਹੈ ਤੇ ਫਿਰ ਤਾਂ ਤੁਸੀਂ ਆਂਸਰ ਦੇ ਸਕਦੇ ਹੋ ਹਨਾ ਨੈਕਸਟ ਕੁਐਸਚਨ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ਯੈਸ ਮੇਹੁਲ ਪ੍ਰਾਰਥਨਾ ਕਰਨ ਨਾਲ ਕੈਦੀ ਦਾ ਮਨ ਸ਼ਾਂਤ ਹੋ ਗਿਆ ਉਹ ਹਰ ਰੋਜ਼ ਪਾਠ ਕਰਨ ਤੇ ਉਸ ਦੇ ਅਰਥ ਸਮਝਣ ਲੱਗਾ ਜਿਸ ਨਾਲ ਉਸਦਾ ਸੁਭਾਅ ਵਿੱਚ ਮਿਠਾਸ ਤੇ ਨਿਮਰਤਾ ਆ ਗਈ ਉਸਦਾ ਪਰਮੇਸ਼ਵਰ ਵਿੱਚ ਅਟੁੱਟ ਵਿਸ਼ਵਾਸ ਕਾਇਮ ਹੋ ਗਿਆ ਤੇ ਉਸਨੇ ਸੰਸਾਰਿਕ ਪਦਾਰਥਾਂ ਤੇ ਪਦਵੀਆਂ ਤੋਂ ਵੀ ਮੂੰਹ ਮੋੜ ਲਿਆ ਗੁੱਡ ਹਾਂਜੀ ਹਿਮਾਨੀ ਸੇਮ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਕੈਦੀ ਨੂੰ ਜੇਲ੍ਹ ਵਿੱਚ ਬੰਦ ਕਰਾਇਆ ਸੀ ਉਹ ਰੱਬ ਨੂੰ ਬਿਲਕੁਲ ਨਹੀਂ ਮੰਨਦਾ ਸੀ ਤੇ ਸੋਚਦਾ ਸੀ ਤੇ ਹਮੇਸ਼ਾ ਰੱਬ ਨੂੰ ਮੰਦਾ ਬੋਲਦਾ ਰਹਿੰਦਾ ਸੀ ਇੱਕ ਦਿਨ ਉਸਨੂੰ ਇੱਕ ਪੋਥੀ ਮਿਲੀ ਤੇ ਉਸਨੂੰ ਪੜ੍ਹ ਕੇ ਉਸਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਕਰ ਰਿਹਾ ਹਾਂ ਤੇ ਉਹ ਰੱਬ ਅੱਗੇ ਇਹੀ ਕਹਿੰਦਾ ਹੈ ਕਿ ਮੈਨੂੰ ਮਾਫ਼ ਕਰ ਦੇ ਤੇ ਉਹ ਆਪਣੀ ਰੂਹ ਰੱਬ ਨਾਲ ਜੋੜ ਲੈਂਦਾ ਹੈ
गुड राइट कि प्रार्थना करन नाल कैदी दे विहार विच किहो जिही तब्दीली आई, बिहेवियर उहदा किद्दां दा हो गया। ठीक है कि प्रार्थना करन दे नाल कैदी दे विहार विच बहुत ज्यादा तब्दीली आई, उहदे विच किहड़े किहड़े गुण आ गए, निम्रता दे, दयालता दे, ठीक है, ते सरबत दे भले दे, ये सारे उहदे विच गुण आ गए सीगे। ठीक है निम्रता दे, दयालता दे, ते सरबत दे भले दे उस विच गुण आ गए सन। फिर तुसी थोड़ा जिहा जिस तरह हिमानी ने दस्सिया कि महाराजा रणजीत सिंह ने उसनूं रोहतास दे किले विच कैद किया होया सी। ठीक है ते ओ पहला ते ओह बहुत ज्यादा जुल्मी सी, लोकां उत्ते जुल्म करदा सी, ओ आपकी हो गया सी, ते महाराजा रणजीत सिंह ने उसनूं रोहतास दे किले विच कैद कर लिया। ते एक दिन कुटिया साफ करदे करदे उसके हाथ विच एक पोथी लगी, पूरा इहनूं एक्सप्लेन करोगे किद्दां होया। पोथी लगन तो बाद विच उहने उहनूं पढ़ना शुरू किया, वह होर ज्यादा उहनूं डीपली पढ़ता गया, शब्दां दे अर्थ समझता गया, ते उहदा परमात्मा दे नाल जिहड़ा प्यार है वह होर भी ज्यादा डूंघा होंदा गया, ते उहदे विच इह सारे गुण आ गए, निम्रता दा, दयालता दा, ते सरबत दे भले दे गुण आ गए। ठीक है ते उह परमात्मा नूं की मनन लग पिया कि परमात्मा की रजा दे नाल ही सब कुछ हुंदा है, ते परमात्मा तो खिमा भी मंगदा है। ठीक है कि मैं तुहानूं बहुत ज्यादा बुरा भला किया सी पर तुसीं तां सब दे कष्ट दूर करदे हो। ठीक है ते उस तो बाद तुसीं कहना कि उहदी इही इन्नी वड्डी तब्दीली करके ही अंत विच उसनूं कैद तो रिहा या रिहाई मिलगी। ठीक है नेक्स्ट क्वेश्चन, महाराजा रणजीत सिंह ने कैदी दी सजा माफ क्यों कर दित्ती सी। ऑलमोस्ट सेम आंसर है, महाराजा रणजीत सिंह ने कैदी दी सजा क्यों माफ कर दित्ती, क्यों कीती सी माफ, माफ क्यों कीती सी। हां जी जसलीन, एक दिन जब महाराजा रणजीत सिंह रिहायश आए ता ओह रात नूं ढिले पै गए जिस करके उहनां नूं नींद ना आ सकी, ते उहनां ने परमात्मा अगे अरदास कीती कि उहनां नूं रात नूं नींद आ जावे, ते नाल ही चाठी उहनां दी अख लग गई, ते जदों सवेरे उठे ते राजी खुशी उठे जिस करके ओह परमात्मा दा धन्नवाद करना चाहुंदे सी, ते एक परमात्मा दा परमात्मा दा धन्नवाद करन लई ओ एक कैदी नू छुटकारा देना चाहुंदे सी, ते उहनां नू पता लगा कि इत्थे एक धाड़वी सरदार रहिंदा कैद है जो के पहले धाड़वी सी, ते उस कैद खाने विच उसने परमात्मा नू अरदास कीती, ते पोथी पढ़ी जिस नाल ओह सरदार बन गया, जिस करके महाराजा रणजीत सिंह ने हुक्म दिता के उस कैदी नू छड़ दिता जावे। गुड गुड वेरी गुड। एक बेटा आस्था कार्तिक विच कृष्ण लूथरा मान्यता प्राची ऋषभ वोरा। ठीक है बच्चे तुसी ना अपना रोल नंबर जिस तरह बाकी सारिया ने लिखा होया है उस तरह लिखो, अटेंडेंस लैन दे विच थोड़ा ईजी रहिंदा है। ठीक है ना पता लग जाता है कि केड़ा केड़ा रोल नंबर प्रेजेंट है, जिस तरह देखो विशेष थापर लिखा 48 10th सी देन ओहदा नाम, तुसी भी पहला रोल नंबर लिखो, क्लास और सैक्शन देन अपना नाम लिखो। ठीक है हुण तां नहीं पर कल जदों भी क्लास विच तुसी एंटर करना है रीनेम करके आयो। ठीक है ये जिहड़े जिहड़े बच्चों के मैं नाम लिखे ने। ओके सो महाराजा रणजीत सिंह ने कैदी की सजा माफ क्यों कर दी, जसलीन का आंसर बहुत अच्छा सी, वेरी गुड कि महाराजा रणजीत सिंह ने उहदी कैदी की सजा माफ क्यों की। पहला तुसी उही लिखना है कि किदां उह पहला सरदार सी, फिर धाड़वी बनिया, फिर आकी बन गया, किदां उहनूं जेल विच कैद किया गया, फिर उहदे हथ पोथी लगी। ठीक है पोथी नूं पढ़ पढ़ के उहदे विहार विच चेंजिस आंदे गए, लोकां ते उहनूं दया आंदी गई, ते महाराजा रणजीत सिंह फिर उस तो बाद भी तुसी उह लिखोगे कि महाराजा रणजीत सिंह जदों एक दिन रोहतास दे किले कोल पहुंचे ते उत्थे ओह बेहोश हो गए, नींद ना आई, ते परमात्मा अगे अरदास कीती, उहनां नूं बड़ी वधिया नींद आई, फिर उहनां ने की कीता सॉरी कि
अगले दिन अपने वजीर ध्यान चंद ने कहा कि मैं कैदी नु छड़ना चाहता हाँ। फिर उन्होंने कैदी दे बारे पता लगा कि किस तरह उसके व्यवहार में चेंजेस आए ने, ते उन्होंने कैदी नु रिहा कर दिता। ये थोड़ा थोड़ा तुसी दो तीन लाइनों में पहले एक्सप्लेन करके उस तो बाद विच महाराजा रणजीत सिंह जो रोहतास के किले विच फिर उत्थों दी लिखना है, ठीक है। नेक्स्ट, कैदी ने अपनी रिहाई समय महाराजा रणजीत सिंह नु की कहा। जदों दी रिहाई हो गई फिर महाराजा रणजीत सिंह ने उन्हां नु की कहा। हाँ जी प्रशांत, उसने महाराजा रणजीत सिंह नु कहा कि ओ उन्हां दी कृपा नाल ही ताड़वी तो सरदार बनिया है। उन्हां दी कैद विच रह के उसने परमात्मा दे प्यार नु जान सकिया। ओ सच्ची खुशी महसूस कर रहा सी। ओ उसे दे प्रेम विच मगन है। उस दी दया नाल ही उसनु कैद तो मुक्ति मिली है। गुड, यस हिमानी, एक दिन जदों महाराजा रणजीत सिंह ने कैदी नू छड्डन दा ऐलान दिता तां ओह कैदी महाराजा रणजीत सिंह नू आके धन्नवाद करदा है कि तुहाडे महल ते कहिंदा है कि तुहाडे महल दी जेल विच रह के ही मैनू ओह पोथी मिली ते उस नू पढ़ के ही मैं अपने भटके हुए राह तो वापिस आ गया हाँ। ते मैनू परमात्मा दे प्रेम तो ते मैं परमात्मा दे प्रेम तो जाणू हो गया हाँ। हुण मैनू सच्ची खुशी प्राप्त हो गई है। ठीक है, कैदी ने अपनी रिहाई समय महाराजा रणजीत सिंह नू की कहा ते उन्होंने कहा कि जदों महाराजा रणजीत सिंह ने उन्हें छड़ना चाहिया ते महाराजा रणजीत सिंह ने उन्हें की बना दिता सीगा। वो कहंदे सन तेनू मैं सरदार बनाना चाहता हाँ, पर उसने ये गल मनण तो इनकार कर दिता। फिर वह की कहंदा, महाराजा रणजीत सिंह का शुक्रिया अदा करता है। वो कहंदा है कि जे तुसी मैनू इत्थे ना लैके आंदे, ठीक है। देखो पहला वह गाला कड़ता पाया महाराजा रणजीत सिंह, पर बाय द एंड उन्होंने पता लगा कि मेरे नाल यह चंगा ही होया है। परमात्मा जो कुछ करता है वह चंगा ही करता है, ठीक है। उन्होंने कहता कि मैं इतने आया जेल विच रहा, मेरे हाथ पोथी लगी, फिर मैनू परमात्मा दे बारे जान पछाण मिली, ठीक है। मैनू बारे होर कि परमात्मा बहुत ज्यादा दयालु है, हर एक से कृपा करता है, उन्होंने पढ़ के मेरे विच बहुत सारे चंगे गुण आए हैं, ठीक है। ये सब कुछ वो महाराजा रणजीत सिंह कहता है। ओके, लास्ट क्वेश्चन, लेखक अनुसार मनुख नु समाज विच किवें विचरना चाहिदा है। विचरना मतलब किद्दां रहना चाहिदा है। ये हुण कॉमन जिहा है, ठीक है, तुहानू चैप्टर विचों नहीं मिलेगा, चैप्टर पूरा पढ़ के ओहदे अकॉर्डिंगली आंसर देना है कि तुसीं मनुखी हो, मनुखी आप सारे, सानू संसार विच रहना किद्दां चाहिदा है। एनी आइडिया किद्दां रहना चाहिदा है? नो, संसार विच विचरना किद्दां चाहिदा बेटा? देखो एक तां परमात्मा दा नाम सिमर के, ठीक है, परमात्मा दा नाम सिमरना चाहिदा आ, ठीक है। एक सरबत दे भले लई सोचना चाहिदा आ, ठीक है। ठीक, तुसी ये कहोगे कि इस लेख अनुसार, प्रार्थना लेख अनुसार लेखक ये कहना चाहता है कि सानू सब नू समाज विच बहुत वधिया तरीके दे नाल विचरना चाहिदा है, ठीक है। सानू हमेशा परमात्मा दा नाम सिमरना चाहिदा है, हमेशा अरदास करनी चाहिदी है सच्चे दिलों, ठीक है। ते होर कि सानू सरबत दे भले दे लई सोचना चाहिदा है, ठीक है। ते जे आपां औखे सौखे समय परमात्मा दा नाम लवांगे ते साडे जिहड़े सारे कष्ट ने ओह दूर हो जाणगे, ठीक है। इस तरह मनुख जिहड़ा है ओह सच्चे सुचे हिरदे वाला हो जाएगा ते ओहदे हिरदे विच किहदा वासा होएगा? परमात्मा दा वासा होएगा, ठीक है। इस लई सानू की है, हमेशा चंगे काम करने चाहिदे हन, क्योंकि चंगे काम करन दे नाल साडे जिन्ने भी दुख ने ओह दूर हो जाणगे। ते परमात्मा नू पौण दी कुंजी कड़ी है, आपा लास्ट विच कीता सी कल, परमात्मा नू पौण दी कुंजी की है? प्रेम। इसलिए परमात्मा दे नाल
या परमात्मा दे बनाए हुए जीवां दे नाल सानू हमेशा प्रेम करना चाहिए है, किसी दे लई मन विच नफरत की भावना नहीं रखना चाहिए। ठीक है, सरबत दे भले लई परमात्मा दा नाम से बनना चाहिए है। तीसरा की हो गया कि प्रेम की भावना रखनी चाहिए है। ठीक है, ये तीन पॉइंट ने, तीन चार पॉइंट ने, इन्हों इलैबोरेट करके थोड़ा ये वाले क्वेश्चन का आंसर बनेगा। फिर चंगे काम करने चाहिए हैं। ठीक है, किसी लिए ईरखा की भावना नहीं रखनी चाहिए। ये चार पांच पॉइंट ने, अगर किसी नूं होर कोई पॉइंट आता होएगा तो वह भी आप लिख सकते हाँ। क्लीयर है बेटा, लोंग क्वेश्चन, किसी नूं कोई क्वेश्चन विच डाउट होए तो पूछ लो। इस तो इलावा एक्सट्रा क्वेश्चन भी ने, ठीक है, चार पांच एक्सट्रा क्वेश्चन भी बन सकते ने, वो आप कल डिस्कस करांगे। ठीक है, वन वर्ड जिहड़े रह गए ने वो भी आप कल डिस्कस करांगे। अच्छा, इहदे नाल ही ना लेखक अनुसार समाज विच किवें विचरना चाहिए है मिलता जुलता है। ठीक है, बाकी आप कल करांगे कि प्रार्थना लेख विच सानू केहड़ी नैतिक सिक्ख्या मिलती है, मोरल वैल्यूज केहड़ियां मिलदियां ने, केहड़ी सिक्ख्या मिलती है नैतिक सिक्ख्या। ठीक है, केड़ी केड़ी मिलती है, ये भी क्वेश्चन बन सकता है, एक्स्ट्रा पूछा जा सकता है। राइट, या एमसीक्यूज दी फॉर्म दे विच आने ने तो एमसीक्यूज दी फॉर्म दे विच पूछा जा सकता है। ठीक है, उहदे विच चार तीन पॉइंट कोई होर हो सकते ने, चौथा कोई होर हो सकता है। जिस तरह हुण नैतिक सिक्ख्या मान लो तुहानूं एमसीक्यूज विच आ गया। ठीक है, उहदा जिहड़ा फर्स्ट पॉइंट है उह सपोज आ गया ईरखा दी भावना। ठीक है, मारन की भावना, सरबत दे भले की भावना, ठीक है, चौथा आ गया अपने आप विच रहन की भावना। क्लियर, क्वेश्चन बन सकता है प्रार्थना लेख विच नैतिक सिक्ख्या सानू की मिलती है। ये चार पॉइंट्स ने, हुण इन्हां विचों दी जे तुसी चैप्टर पढ़िया होएगा फिर तुहानू पता लगेगा किहड़ी नैतिक सिक्ख्या मिलती है सरबत दे भले दी। बाकी तां सानू कोई सिक्ख्या मिलती नहीं क्योंकि ये तां बुरे काम ने। ठीक है, इन्हां दी सिक्ख्या नहीं मिलती, तो इस तरह के क्वेश्चन भी आ सकते हैं। अच्छा, जे तुहानू सबजैक्टिव, क्योंकि सबजैक्टिव भी आना बाद विच ना, जे सबजैक्टिव आवे फिर मोरल वैल्यूज किहड़ियां मिलदियां ने, ऐ सारियां कि परमात्मा दा नाम सिमरना चाहिदा है, सरबत दा भला करना चाहिदा है। ठीक है, हर कारज दी जिहड़ी आपां शुरुआत है या हर एक काम दी समाप्ति है वो अरदास दे नाल करनी चाहिदी है। ठीक है, अरदास जिहड़ी है सच्चे दिलों करनी चाहिदी है, एक एकाग्र चित्त हो के करनी चाहिदी। एकाग्र चित्त हुंदा मतलब कि प्रॉपर मैडिटेशन दे नाल करनी चाहिदी है। ठीक है, परमात्मा नूं प्रेम भगती राही प्राप्त किया जा सकता है, सानू बुरे काम नहीं करने चाहिए, किसी का दिल नहीं दुखाना चाहिए, किसी से जुलम नहीं करना चाहिए। ठीक है, ते परमात्मा दे बनाए हुए दुनिया दे नाल सानू प्रेम करना चाहिए है क्योंकि परमात्मा सर्वशक्तिमान है, इसलिए सानू हमेशा परमात्मा दी रजा दे विच खुश रहना चाहिए है। ये सारिया नैतिक सिक्ख्यावां सानू इस चैप्टर तो मिलदियां ने। ठीक है, बाकी दो तीन एक्स्ट्रा क्वेश्चंस ने कल असी करांगे। ठीक है, वन वर्ड क्वेश्चंस भी एक बारी कर लवांगे रिवाइज, और उस तो बाद अगर सानू टाइम मिलिया तो आप ग्रामर क्वेश्चन कर लवांगे। ठीक है, हाँ जी, किसी का कोई डाउट नो? सो एनो बेटा तुसी ये क्वेश्चन आंसर्स ना अपनी फेयर कॉपी ते लिखने शुरू कर दो। ठीक है, तुहाडा पहला चैप्टर जिहड़ा सी और ये दूसरा चैप्टर, ये दोनों दी कॉपी मैं इकट्ठी चैक करांगी। सो दो तीन दिन लै लो, दो तीन दिनों विच ये वाला चैप्टर कंप्लीट करो, फिर मैं ग्रुप विच मैसेज पा दवांगी, तुसी उस दिन अपनी कॉपी मैनू सेंड करनी है। और हमेशा करया करो, काफी बच्चे इदां ने जिहड़े सेंड नहीं करते। ठीक है,